ਅਜੀ ਤੂੰ ਰਿਜ਼ਾਈਨ ਹੋਈ ਜੀ ਅੱਛਾ ਤੂੰ ਰਿਜ਼ਾਈਨ ਦਾ ਮੁੰਡਾ ਕਿਹੜਾ ਠੰਡਾ ਬਿਠਾਇਆ ਮੈਂ ਤਾਂ ਲੈ ਚਲਾ ਗਿਆ ਜੀ ਅੱਛਾ ਉਹ ਤਾਂ ਗਲੀ ਮੈਨੂੰ ਕਿਹਾ ਤਾਂ ਗਿਆ ਜੀ ਬੈਕ ਕੋਲ ਲੈ ਗਿਆ ਕੋਕੇ ਉਹ ਮੁੰਬਈ ਉਹ ਕਾਰੇ ਤੇ ਸੀ ਉਹ ਤੁਰ ਕੇ ਆਇਆ ਸੀ ਤੁਰ ਕੇ ਗਲੀ ਵਿੱਚੋਂ ਭੱਜਿਆ ਮੂਰੇ ਤੋਂ ਖੜਾ ਰੱਖੇ ਉਹਨੇ ਉਹ ਲੈ ਕੇ ਨਾਲ ਚਲੇ ਗਏ ਇਹਨੂੰ ਦੇਣੇ ਸੀ 2.5 ਲੱਖ ਰੁਪਏ ਕਾਹਦੇ ਵਾਸਤੇ ਲੈ ਕੇ ਆਏ ਕਈ ਲੱਗਾ ਸੀ ਸ਼ਰਮਾ ਜੀ ਦੇਣੇ ਮੈਨੂੰ ਅੱਛਾ ਅਸੀਂ ਮਤਲਬ ਲੈ ਕੇ ਗਏ ਸੀ ਅੱਜ ਸਵੇਰੇ ਮੈਂ ਬੈਂਕ ਤੋਂ ਕਢਾ ਕੇ ਲੈ ਆਇਆ ਅੱਛਾ ਤੂੰ ਜੋ ਬੈਂਕ ਤੋਂ ਕਢਾ ਕੇ ਲੈ ਕੇ ਆਇਆ ਹੋਕੇ ਲੈ ਲੈ ਰੋਂਦਾ ਇਹੋ ਬਦਨਸੀਬ ਪਿਓ ਹੈ ਜਿਸ ਤੋਂ ਲੁਟੇਰੇ 2.5 ਲੱਖ ਰੁਪਏ ਖੋ ਕੇ ਫਰਾਰ ਹੋ ਗਏ ਨੇ ਜੋ ਇਸਨੇ ਬੜੀ ਮਿਹਨਤ ਦੇ ਨਾਲ ਜਮ੍ਹਾਂ ਕੀਤੇ ਸਨ ਤੇ ਕਿਸੇ ਕਰਜ਼ਦਾਰ ਨੂੰ ਵਾਪਸ ਦੇਣੇ ਸਨ ਆਪਣੇ ਪੁੱਤ ਦੇ ਨਾਲ ਬੈਂਕ ਤੋਂ ਪੈਸੇ ਕਢਵਾ ਕੇ ਇਹ ਸ਼ਖਸ ਜਦੋਂ ਆਪਣੇ ਰਿਸ਼ਤੇਦਾਰ ਨੂੰ ਪੈਸੇ ਦੇਣ ਲਈ ਜਾ ਰਿਹਾ ਸੀ ਤਾਂ ਰਾਹ ਦੇ ਵਿੱਚ ਪੁੱਤ ਨੇ ਕੋਲਡ ਡਰਿੰਕ ਪੀਣ ਦੀ ਗੱਲ ਆਖੀ ਦੋਵੇਂ ਪਿਓ ਪੁੱਤ ਕੋਲਡ ਡਰਿੰਕ ਪੀਣ ਦੇ ਲਈ ਰੁਕ ਗਏ ਤਾਂ ਇਸੇ ਦੌਰਾਨ ਹੀ ਐਕਟਿਵਾ ਤੇ ਆਏ ਦੋ ਲੁਟੇਰਿਆਂ ਨੇ ਇਹਨਾਂ ਦੇ 2.5 ਲੱਖ ਰੁਪਏ ਖੋਲੇ ਤੇ ਉੱਥੋਂ ਫਰਾਰ ਹੋ ਗਏ ਪਿਓ ਪੁੱਤ ਵੱਲੋਂ ਬਥੇਰੀ ਕੋਸ਼ਿਸ਼ ਕੀਤੀ ਗਈ ਇਹਨਾਂ ਲੁਟੇਰਿਆਂ ਨੂੰ ਫੜਨ ਦੀ ਪਰ ਉਹ ਰਫੂ ਚੱਕਰ ਹੋ ਗਏ ਦਰਅਸਲ ਇਹ ਦੋਵੇਂ ਪਿਓ ਪੁੱਤ ਧੂਰੀ ਤੋਂ ਆ ਰਹੇ ਸਨ ਤੇ ਨਾਭੇ 'ਚ ਕਿਸੇ ਰਿਸ਼ਤੇਦਾਰ ਨੂੰ ਪੈਸੇ ਦੇਣ ਦੇ ਲਈ ਜਾ ਰਹੇ ਸਨ ਜਿਨ੍ਹਾਂ ਤੋਂ 2.5 ਲੱਖ ਦਾ ਕਰਜ਼ਾ ਲਿਆ ਸੀ ਤਾਂ ਹੁਣ ਕਰਜ਼ਾ ਵਾਪਸ ਮੋੜਨਾ ਸੀ ਬੜੀ ਮਿਹਨਤ ਦੇ ਨਾਲ ਪਾਈ ਪਾਈ ਜੋੜ ਕੇ ਇਸ ਪਿਓ ਨੇ ਕਰਜ਼ਾ ਚੁਕਾਉਣ ਲਈ ਪੈਸੇ ਇਕੱਠੇ ਕੀਤੇ ਸਨ ਤੇ ਜਦੋਂ ਹੀ ਇਹ ਬੈਂਕ ਵਿੱਚੋਂ ਪੈਸੇ ਕਢਵਾ ਕੇ ਪਿਓ ਪੁੱਤ ਰਿਸ਼ਤੇਦਾਰ ਨੂੰ ਦੇਣ ਜਾ ਰਹੇ ਸਨ ਤਾਂ ਰਾਹ ਦੇ ਵਿੱਚ ਕੋਲਡ ਡਰਿੰਕ ਪੀਣ ਦੇ ਲਈ ਰੁਕ ਗਏ ਤਾਂ ਇਸੇ ਦੌਰਾਨ ਲੁਟੇਰਿਆਂ ਨੇ ਇਹਨਾਂ ਦਾ ਬੈਗ ਖੋਇਆ ਤੇ ਫਰਾਰ ਹੋ ਗਏ ਉਸੇ ਬੈਗ ਦੇ ਵਿੱਚ 2.5 ਲੱਖ ਰੁਪਏ ਸਨ ਹੁਣ ਇਸ ਪਿਓ ਦਾ ਹਾਲ ਦੇਖ ਨਹੀਂ ਹੁੰਦਾ ਜੋ ਰੋ ਰੋ ਗੁਹਾਰ ਲਗਾ ਰਿਹਾ ਹੈ ਕਿ ਚੋਰ ਫੜੇ ਜਾਣ ਜਾਂ ਨਾ ਫੜੇ ਜਾਣ ਪਰ ਉਹਨਾਂ ਦਾ ਪੈਸਾ ਉਹਨਾਂ ਨੂੰ ਵਾਪਸ ਕਰ ਦਿੱਤਾ ਜਾਏ ਜੋ ਉਹਨਾਂ ਨੇ ਕਰਜ਼ਾ ਚੁਕਾਉਣ ਲਈ ਰੱਖਿਆ ਸੀ ਦੱਸਿਆ ਜਾ ਰਿਹਾ ਹੈ ਕਿ ਐਕਟਿਵਾ ਦੇ ਉੱਤੇ ਦੋ ਵਿਅਕਤੀ ਤੇ ਇੱਕ ਔਰਤ ਵੀ ਸਵਾਰ ਸੀ ਜਿਨ੍ਹਾਂ ਨੇ ਇਸ ਪਿਓ ਪੁੱਤ ਤੋਂ 2.5 ਲੱਖ ਰੁਪਏ ਲੁੱਟੇ ਤੇ ਉੱਥੋਂ ਰਫੂ ਚੱਕਰ ਹੋ ਗਏ ਫਿਲਹਾਲ ਪਿਓ ਪੁੱਤ ਦੇ ਵੱਲੋਂ ਪੁਲਿਸ ਨੂੰ ਸ਼ਿਕਾਇਤ ਦਿੱਤੀ ਗਈ ਹੈ ਇਸ ਦੌਰਾਨ ਇੱਕ ਸੀਸੀਟੀਵੀ ਵੀ ਸਾਹਮਣੇ ਆਈ ਹੈ ਜਿਸ ਦੇ ਵਿੱਚ ਇਹ ਚੋਰ ਐਕਟਿਵਾ ਦੇ ਉੱਤੇ ਭੱਜਦੇ ਹੋਏ ਨਜ਼ਰ ਆਏ ਨੇ ਇੱਕ ਗਲੀ ਦੇ ਵਿੱਚ ਉਹ ਐਕਟਿਵਾ ਤੇ ਸਵਾਰ ਇਹ ਦੋ ਚੋਰ ਤੇ ਇੱਕ ਔਰਤ ਨਜ਼ਰ ਆਏ ਨੇ ਜੋ ਫਰਾਰ ਹੋਏ ਨੇ ਲੁੱਟ ਕਰਨ ਤੋਂ ਬਾਅਦ ਦੀਆਂ ਤਸਵੀਰਾਂ ਸਾਹਮਣੇ ਆਈਆਂ ਨੇ ਤੇ ਇਸੇ ਦੇ ਆਧਾਰ ਤੇ ਹੀ ਪੁਲਿਸ ਇਹਨਾਂ ਲੁਟੇਰਿਆਂ ਦੀ ਤਲਾਸ਼ ਕਰ ਰਹੀ ਹੈ ਮੇਰੇ ਬੇਟਾ ਸੀ ਜਿਹਦੇ ਨਾਲ ਮੰਡੀ ਵਾਲਾ ਮੋੜ ਤੇ ਏਰੀਆ ਕਿਹੜਾ ਦੇਖੋ ਅੱਜ ਦੱਸੀ ਏਰੀਆ ਕੀ ਕਰ ਰਹੇ ਸੀ ਏਰੀਆ ਅਜੀ ਤੂੰ ਰਿਜ਼ਾਈ ਸੀ ਜੀ ਅੱਛਾ ਤੂੰ ਰਿਜ਼ਾਈ ਦਾ ਮੁੰਡਾ ਕਹਿੰਦਾ ਠੰਡਾ ਪੀਣਾ ਮੈਂ ਤਾਂ ਲੈ ਚਲਾ ਗਿਆ ਜੀ ਅੱਛਾ ਉਹ ਤਾਂ ਗਲੀ ਵਿੱਚ ਨਿਕਲ ਕੇ ਭੱਜਿਆ ਜੀ ਇਹ ਬੈਕ ਕੋਲ ਲੈ ਗਿਆ ਖੋਕੇ ਉਹ ਮੁੰਡੇ ਉਹ ਕਾਹਦੇ ਤੇ ਸੀ ਉਹ ਤੁਰ ਕੇ ਆਇਆ ਸੀਗਾ ਤੁਰ ਕੇ ਗਲੀ ਵਿੱਚੋਂ ਭੱਜਿਆ ਮੂਰੇ ਕੋਈ ਖੜਾ ਰੱਖੇ ਹੋਣਗੇ ਉਹ ਲੈ ਕੇ ਨਾਲ ਚਲੇ ਜੀ ਪਰ ਜਿਹੜੀ ਆ ਸੀਸੀਟੀਵੀ ਆ ਉਹਦੇ ਤਾਂ ਉਹ ਆ ਰਹੇ ਨੇ ਐਕਟਿਵਾ ਦੇ ਇੱਕ ਲੇਡੀ ਵੀ ਆ ਉਹ ਗਲੀ ਦੇ ਵਿੱਚ ਐਕਟਿਵਾ ਖੜਾ ਰੱਖੀ ਉਹਨਾਂ ਨੇ ਜੀ ਅੱਛਾ ਮੁੰਡਾ ਗਲੀ ਵਿੱਚੋਂ ਨਿਕਲ ਕੇ ਆਇਆ ਉੱਥੇ ਬੈਠ ਕੇ ਪਾਰ ਗਏ ਜੀ ਅੱਛਾ ਤੁਸੀਂ ਪੁਲਿਸ ਨੂੰ ਇਤਲਾਹ ਦਿੱਤੀ ਹੈ ਪੁਲਿਸ ਨੂੰ ਦੇ ਜੀ ਅੱਛਾ ਮੰਗ ਦੇਖੋ ਜੀ ਫੜਾ ਜਾ ਪੈਸੇ ਦੇ ਮਰਾਦ ਸਾਨੂੰ ਸਾਨੂੰ ਹੋਰ ਕੀ ਜੀ ਇਹਨੂੰ ਦੇਣੇ ਸੀ 2.5 ਲੱਖ ਰੁਪਏ ਕਾਹਦੇ ਵਾਸਤੇ ਲੈ ਕੇ ਆਏ ਸੀ 2.5 ਲੱਖ ਅਸੀਂ ਸ਼ਰਮਾ ਜੀ ਦੇਣੇ ਮੈਨੂੰ ਅੱਛਾ ਅਸੀਂ ਇਹਨੂੰ ਲੈ ਕੇ ਗਏ ਸੀਗੇ ਜੀ ਅੱਛਾ ਅਸੀਂ ਸਵੇਰੇ ਮੈਂ ਬੈਂਕ ਤੋਂ ਕਢਾ ਕੇ ਲੈ ਆਇਆ ਜੀ ਅੱਛਾ ਤੁਸੀਂ ਬੈਂਕ ਤੋਂ ਕਢਾ ਕੇ ਲੈ ਕੇ ਸ਼ਰਮਾ ਕਿੱਥੇ ਰਹਿਣ ਵਾਲੇ ਹੋ ਧੂਰੀ ਦੇ ਕੌਣ ਕੌਣ ਆਇਆ ਸੀ ਅੱਜ ਨਾਭੇ ਮੈਂ ਤੇ ਮੇਰਾ ਡੈਡੀ ਕਿੰਨੇ ਪੈਸੇ ਸੀ ਤੁਹਾਡੇ ਕੋਲ 2.5 ਲੱਖ ਸਾਰੇ ਵਿੱਚ ਸੀ ਮੋਟਰਸਾਈਕਲ ਤੇ ਕੌਣ ਲੈ ਗਿਆ ਖੋਕੇ ਕਿੱਥੇ ਦੀ ਗੱਲ ਹੈ ਇਹ ਨਾਭੇ ਦੀ ਗੱਲ ਹੈ ਜੀ ਅੱਛਾ ਮੰਡੀ ਦੇ ਕੋਲ ਹਾਂਜੀ ਮੰਡੀ ਦੇ ਕੀ ਕਰ ਰਹੇ ਸੀ ਤੁਸੀਂ ਉਹ ਉਦੋਂ ਅਸੀਂ ਬਾਈਕ ਤੇ ਜਾ ਰਹੇ ਅੱਛਾ ਤੇ ਕੀ ਖੋਕੇ ਲੈ ਗਏ ਹਾਂਜੀ ਕਿੰਨੇ ਜਣੇ ਸੀ ਉਹ ਤਿੰਨ ਜਣੇ ਸੀ ਅੱਛਾ ਫਿਰ ਉਸ ਤੋਂ ਬਾਅਦ ਬਸ ਉਸ ਤੋਂ ਬਾਅਦ ਜੀ ਇੱਕ ਜਣੇ ਨੇ ਖੋ ਕੇ ਜਾ ਕੇ ਐਕਟਿਵਾ ਤੇ ਭੱਜ ਗਈ ਤਿੰਨ ਜਣੇ ਐਕਟਿਵਾ ਤੇ ਜੀ
ਅੱਛਾ ਹਾਂਜੀ ਦੋ ਦੋ ਬੰਦੇ ਸੀ ਇੱਕ ਲੇਡੀ ਸੀ ਉਹਨਾਂ ਦਾ ਅੱਛਾ ਤੁਸੀਂ 2.5 ਲੱਖ ਰੁਪਿਆ ਇਹ ਧੂਰੀ ਤੋਂ ਲੈ ਕੇ ਆਏ ਸੀ ਹਾਂਜੀ ਲੈ ਕੇ ਗਏ ਨੇ ਪੂਰੇ ਕਾਹਦੇ ਵਾਸਤੇ ਲੈ ਕੇ ਆਏ ਜੀ ਪੂਰੇ ਕਿਸੇ ਬੰਦੇ ਨੂੰ ਦੇਣੇ ਸੀ ਅਸੀਂ ਖੜੇ ਸੀ ਜੀ ਮੇਰੇ ਫਾਦਰ ਸਾਹਿਬ ਸੀ ਜੀ ਅਸੀਂ ਠੰਡਾ ਪੀ ਰਹੇ ਸੀ ਅੱਛਾ ਬੈਗ ਤੋਂ ਹੋ ਗਿਆ ਜਗ੍ਹਾ ਦੇ ਰਹਿਣ ਵਾਲੇ ਹੋ ਪੂਰੀ ਸ਼ਿਪਰ ਮਹੱਲਾ ਜੀ ਇੱਥੇ 2.5 ਲੱਖ ਰੁਪਿਆ ਕਿਸੇ ਨੂੰ ਮੋੜਨਾ ਸੀ ਤੁਸੀਂ ਹਾਂਜੀ ਕਿਹਨੂੰ ਸਾਡੇ ਰੈਲਟੀ ਵੀ ਸੀ ਪਹਿਲਾਂ ਵੀ ਆਉਂਦੇ ਜਾਂਦੇ ਰਹਿੰਦੇ ਹੋ ਕਿ ਪਹਿਲੀ ਵਾਰੀ ਆਏ ਹੋ ਨਹੀਂ ਪਹਿਲਾਂ ਵੀ ਆਉਂਦੇ ਰਹਿੰਦੇ ਆ ਅੱਛਾ ਇਹਦਾ ਸੀਸੀਟੀਵੀ ਦੇਖਿਆ ਤੁਸੀਂ ਉਹਦੇ ਚ ਦਿਖ ਰਿਹਾ ਹਾਂਜੀ ਉਹਦੇ ਵਿੱਚ ਦਿਖਤਾ ਰਿਹਾ ਜੀ ਪਰ ਮਿਲੇ ਨਹੀਂ ਆਏ ਉਹਨਾਂ ਦੀ ਮਤਲਬ ਜਿਹੜੀ ਐਕਟਿਵ ਆ ਉਹਦਾ ਨੰਬਰ ਨਿਕਲ ਕੇ ਆ ਰਿਹਾ ਅੱਛਾ ਉਹ ਜਿਵੇਂ ਤੁਸੀਂ ਕਹਿ ਰਹੇ ਇੱਕ ਲੇਡੀਜ਼ ਆ ਦੋ ਮੁੰਡੇ ਨੇ ਉਹ ਵੀ ਦਿਖ ਰਹੇ ਨੇ ਉਹਦੇ ਤੇ ਹਾਂਜੀ ਮੰਗ ਕੀ ਕਰਦੇ ਹੁਣ ਤੁਸੀਂ ਪੁਲਿਸ ਨੂੰ ਮੰਗ ਇਹ ਹੀ ਕਰਦੇ ਹਾਂਜੀ ਮੰਗ ਅਸੀਂ ਇਹੀ ਕਰਦੇ ਹਾਂ ਵੀ ਬੰਦੇ ਜਲਦ ਲੱਭੇ ਯਾਰ ਪੁਲਿਸ ਲੱਭ ਰਹੀ ਹੈ ਜੀ ਸਾਡੇ ਨਾਲ ਆਇਆ ਤਾਂ ਅੱਛਾ ਹਾਂਜੀ ਪਰ ਮਿਲ ਨਹੀਂ ਰਿਹਾ ਨੰਬਰ ਕਲੀਅਰ ਨਹੀਂ ਆ ਰਿਹਾ ਇਹ ਜੀ ਦੀਪਕ ਸ਼ਰਮਾ ਵਾਸੀ ਧੂਰੀ ਨੇ ਸਾਡੇ ਕੋਲ ਸਲਾਹ ਦਿੱਤੀ ਹੈ ਵੀ 2.5 ਲੱਖ ਰੁਪਇਆ ਕੋਈ ਅਸੀਂ ਨਾਭੇ ਦੇਣ ਆ ਰਹੇ ਸੀਗੇ ਵੀ ਉਹ ਕੋਈ ਲੇਗਾ ਇਹਨਾਂ ਦਾ ਲਿਫਾਫਾ ਅਤੇ ਉਸ ਸੰਬੰਧੀ ਇਹਨਾਂ ਨੇ ਸਲਾਹ ਦਿੱਤੀ ਹੈ ਉਹਦੀ ਕਾਰਵਾਈ ਅਸੀਂ ਭਾਲ ਜਾ ਰਹੀ ਹੈ ਨਹੀਂ ਸੀ ਸੀ ਟੀ ਵੀ 'ਚ ਆਏ ਤਾਂ ਹੈਗੇ ਨੇ ਪਰ ਕਲੀਅਰ ਨੰਬਰ ਨਹੀਂ ਆ ਰਿਹਾ ਉਹਨਾਂ ਦਾ ਨਾ ਉਹਨਾਂ ਦੇ ਫੇਸ ਨਜ਼ਰ ਆ ਰਹੇ ਖੈਰ ਮੁਤਾਬਕ ਉਹ ਖੋ ਕਰਕੇ ਅੱਗੇ ਸਕੂਟਰੀ ਖੜਾਈ ਪਈ ਸੀ ਉਹਨੇ ਬਹਿ ਕੇ ਫਰਾਰ ਹੋ ਗਏ ਹਾਂ ਉਸੇ ਸੰਬੰਧ 'ਚ ਸੀ ਸੀ ਟੀ ਵੀ ਕੈਮਰੇ ਦੇਖ ਰਹੇ ਜਿਵੇਂ ਵੀ ਕੋਈ ਮਿਲਦੀ ਹੈ ਤਲਾ ਉਸ ਮੁਤਾਬਕ ਕਾਰਵਾਈ ਕਰਦਾ